वालेकुम दोस्तों ये दोस्तों इंजन पड़कन का ये हेड सील लिया दसोंगे रेड और ग्रीन वाली सील आ ग्रीन वाली है ये इनटेक वाल, 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 वाल सील ने आ इनटेक वाल सील ने आ जारी रेड है ये एग्जॉस वाल सील है एग्जॉस्ट वाल इनलेट एंड एग्जॉस्ट वाल सील install and fix ਇਹ ਲਗਾਉਣ ਦਾ ਤਰੀਕਾ ਕਰਨ ਕੰਪਲੀਟ ਤੈਨੂੰ ਲਾਗ ਦੱਸੂंगे ਆ ਦੇਖੋ ਜੀ ਤਿੰਨ ਸੀਲਾਂ ਐਗਜ਼ੌਸਟ ਵਾਲੀਆਂ ਐ ਔਰ ਇਹਨਾਂ ਵਿੱਚ ਆਇਲ ਲਗਾ ਲਿਆ ਹੈ ਤਾਂ ਕਿ ਸੀਲ ਆਪਣੀ ਜਗ੍ਹਾ ਤੇ ਆਰਾਮ ਨਾ ਬੈਜਵੇ ਆ ਦੇਖੋ ਜੀ ਅਸੀਂ ਹੁਣ ਇਨਲੇਟ ਵਾਲੀਆਂ ਲਾਈਆਂ ਸੀਲ ਆ ਲੱਗ ਗਈ ਇਨਲੇਟ ਵਾਲੀਆਂ ਆ ਹੁਣ ਐਗਜ਼ੌਸਟ ਵਾਲੀਆਂ ਲਾਉਂਗੇ ਆ ਐਗਜ਼ੌਸਟ ਸੈੱਟ ਆ ਦੇਖੋ ਜੀ ਐਗਜ਼ੌਸਟ ਸੈੱਟ ਆ ਦੇਖੋ ਇਹ ਤੁਸੀਂ ਨੂੰ ਫੌਂਸੀਲ ਦੇਖ ਰਹੇ ਆ ਜੀ ਨੁਖਾਤੇ ਨਾਲ ਕੁਛ ਕਰਦੇ ਨੇ ਉੱਪਰੋਂ ਦਬਾ ਦੇਣਾ ਹੈ ਇਹ ਸੀਲ ਬਿਲਕੁਲ ਆਸਾਨੀ ਨਾਲ ਲੱਗ ਜੂਗੀ ਔਰ इजीली ਲੱਗ ਜੂਗੀ ਇਹ ਪਰਕਨ ਡੀ ਜੀ ਡੀ ਕੇ ਸੀਰੀਜ਼ ਜਾਂ ਐਸ ਟੈਪ ਦੀਆਂ ਸੀਲਾਂ ਲਾਣਾ ਹੁੰਦਾ ਹੈ ਤਰੀਕੇ ਕਰਨੇ ਆ ਦੇਖੋ ਜੀ ਗਵਾਸਤ ਦੀਆਂ ਸੀਲਾਂ ਲੱਗ ਗਈਆਂ ਇਨਲੈਟ ਦੀਆਂ ਵੀ ਲੱਗ ਗਈਆਂ ਨੇ ਐਗਜ਼ੌਸਟ ਦੀਆਂ ਵੀ ਸੀਲਾਂ ਲੱਗ ਗਈਆਂ ਨੇ ਆ ਤੁਸੀਂ ਸਾਰੀਆਂ ਹੈਡ ਦੇ ਉੱਪਰ ਤਿੰਨੋਂ ਸਿਲੰਡਰ ਚੈੱਕ ਕਰ ਸਕਦੇ ਆ ਹੁਣ ਅਸੀਂ ਜਿਹੜੇ வால் ਨੇ ਇਨਲੈਟ வால் ਤੇ ਅੰਦਰ ਦੱਸੂnga ਕਿਹੜਾ ਹੈ ਐਗਜ਼ੌਸਟ வால் ਕਿਹੜਾ ਹੈ ਇਹਨਾਂ ਉੱਪਰ ਆਇਲ ਲਗਾਇਆ ਜਾ ਰਿਹਾ ਹੈ ਸਾਰਿਆਂ ਵਾਲਾਂ ਤੇ ਤਾਂ ਕਿ ਗਾਈਡਾਂ ਦੇ ਵਿੱਚ ਇਹ வால் ਜਿਹੜੇ ਉਹ ਸਹੀ ਰਹਿਣ ਜਿਹੜੇ ਤੁਸੀਂ ਫਿੱਟ ਕਰਨਾ ਹੈ ਇੰਜਨ ਸਟਾਰਟ ਕਰਨਾ ਹੈ ਤਾਂ ਕਿ ਤੁਹਾਡਾ ਇੰਜਨ ਜਿਹੜਾ ਹੈ ਉਹ வால் ਕੋਈ ਵੀ ਅੰਦਰ ਜਿਹੜਾ ਖੁਸ਼ਖੋਣ ਦੇ ਵਾਇਰ ਤੋਂ ਸਟੱਕ ਨਾ ਹੋ ਜਵੇ ਇਹਨਾਂ ਨੂੰ ਆਇਲ ਲਾਤਾ ਹੈ ਅچھے ਤਰੀਕੇ ਨਾਲ ਆ ਦੇਖੋ ਜੀ ਪੂਰੇ ਵਾਲਾ ਨੂੰ ਆਇਲ ਲਾ ਲੈਣਾ ਹੈ ਅچھے ਤਰੀਕੇ ਨਾਲ ਆ ਨਿਊ ਵਾਲ ਨੇ ਬਿਲਕੁਲ ਉੱਪਰ ਨਿਸ਼ਾਨ ਲੱਗਾ ਹੈ ਇੱਕ ਨੰਬਰ ਦਾ ਆ ਦੇਖੋ ਇੱਥੇ ਵੀ ਇਹ ਨਿਸ਼ਾਨ ਲੱਗਾ ਹੈ ਇੱਕ ਨੰਬਰ ਦਾ ਕਿ ਜਿੱਧਰੋਂ ਵਾਲ ਤੁਸੀਂ ਗ੍ਰੈਂਡ ਕੀਤੇ ਨੇ ਅੰਬੜੀ ਮਾਰ ਕੇ ਆ ਹੁਣ ਅਸੀਂ ਪਹਿਲਾ ਵਾਲ ਜਿਹੜਾ ਹੈ ਉਹ ਇੰਸਟਾਲ ਕਰਨ ਲੱਗੇ ਨੇ ਵਿੱਚ फिक्स किया लग गया है और अगे अस दूसरा वाल लाऊंगे आखो जी आह दूसरा वाल ने एक बाल जे छोटा है एक वाल व्डा है छोटा वाल ने वो भी दसूंगे और वाला बाल भी आ देखो जी हम अस हाथ के नाले चेक कर लगे ने ये हाँ देखो इस वालू पछाण करके और गांव करके देखूंगे कि ताकि जी सील है ओरे उपर जो स्परिंग वो तो उत नहीं उतरता स्प्रिंग मूविंग हाँ देखो जी वाल दोनों अक कर लेने इनलैट भी एग्जास्ट भी ओके ने हाँ देखो जी हम अगले वाल जे ने लाओगे आ जो छोटा वाल ने ਤੈਨੂੰ ਹੁੰਦਾ ਦੱਸੂਗਾ ਇਹ ਛੋਟੇ ਦਾ ਔਰ ਵੱਡੇ ਵਾਲ ਦਾ ਇਹਨਾਂ ਦਾ ਫੰਕਸ਼ਨ ਕੀ ਏ ਵੱਡਾ ਵਾਲ ਕਿੱਧਰ ਲਈ ਸੈਟ ਦਾ ਏ ਔਰ ਛੋਟਾ ਕਿੱਧਰ ਲਈ ਸੈਟ ਦਾ ਹੈ ਜਿਹੜਾ ਛੋਟਾ ਵਾਲ ਇਹ ਐਗਜ਼ੌਸਟ ਸਾਈਡ ਏ ਛੋਟਾ ਵਾਲ ਐਗਜ਼ੌਸਟ ਸਾਈਡ ਦਾ ਏ ਔਰ ਵੱਡਾ ਵਾਲ ਇਨਲੇਟ ਆ ਰਿਹਾ ਹਵਾ ਵਾਲਾ ਜਿੱਦੋਂ ਦੀ ਹਵਾ ਆਉਂਦੀ ਏ ਆ ਦੇਖ ਸਕਦੇ ਹੋ ਤੁਸੀਂ ਆ ਜਿਹੜੀ ਰੈੱਡ ਵਾਲੀ ਸੀਲ ਏ ਔਰ ਐਗਜ਼ੌਸਟ ਸਾਈਡ ਤੇ ਨੇ ਆ ਹੁਣ ਅਸੀਂ ਦਾ 스프링 ਡਾਵਲ ਕੰਪਲੀਟ ਲਾਉਂਗੇ ਆ ਹੁਣ ਤੁਹਾਨੂੰ ਦਿਖਾ ਰਹੇ ਹਾਂ ਸਪੈਸਰ ਦੇ ਨਾਲ ਆ ਸਪੈਸਰ ਇਹ ਰਿਹਾ ਆ ਦੇਖੋ ਇੱਕ ਸਾਈਡ ਤੋਂ ਇਹ ਟੇਪਰ ਨੇ ਇੱਕ ਸਾਈਡ ਤੋਂ ਫਲੈਟ ਨੇ ਆ ਇਹ ਰੀਆਂ ਦੋ ਕੱਟ ਰਾਂ ਨੇ ਜਿਹੜੀਆਂ ਵਾਲ ਨੂੰ ਲਾਕ ਕਰਦੀਆਂ ਇਹ ਵਿੱਚ ਵਾਲ ਚ ਬੈ ਕੇ 스프링 ਤੇ ਡਾਥੇ ਲਾਕ ਹੋ ਜਾਂਦਾ ਔਰ ਸਪੈਸਰ ਇਹ ਫਲੈਟ ਸਾਈਡ ਥੱਲੇ ਹੋਣੀ ਹੈ ਜਿਹੜੀ ਫਲੈਟ ਸਾਈਡ ਬਿਲਕੁਲ ਥੱਲੇ ਹੋਣੀ ਹੈ ਆ ਦੇਖੋ ਜੀ ਪਹਿਲਾਂ 스프링 ਉੱਪਰ ਸਪੇਸਰ ਸਪੇਸਰ ਦੁਬਾਰਾ ਅਸੀਂ ਇਹਨੂੰ ਪਾ ਰਹੇ ਹਾਂ ਵਾਲ ਲਿਫਟਰ ਜਾਂ ਵਾਲ ਤੁਸੀਂ ਕਹਿ ਸਕਦੇ ਜਿਨ੍ਹਾਂ ਤੁਸੀਂ ਵਾਲ ਪ੍ਰੈਸ ਕਰਨੇ ਨੇ ਆ ਹੁਣ ਅਸੀਂ ਇਹ ਦੋਨੋਂ ਲਾਕ ਪਾਤੇ ਨੇ ਘਾਟ ਰਹੇ ਜਿਨ੍ਹਾਂ ਨੂੰ ਕਹਿੰਦੇ ਨੇ ਲਾਕ ਆਹ ਵਾਲ ਲਾਕ ਕਰਤਾ ਹੈ ਆ ਦੇਖੋ ਜੀ ਆ ਬਿਲਕੁਲ ਲਾਕ ਹੋ ਗਿਆ ਅਗਰ ਵੀਡੀਓ ਚੰਗੀ ਲੱਗੇ ਲਾਈਕ ਕਰੋ